ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਸਰਕਾਰ ਦੇ ਨੁਮਾਇੰਦਿਆਂ ਤੇ ਪ੍ਰਸ਼ਾਸਨ ਵੱਲੋਂ ਇਹਨਾਂ ਪੰਚਾਇਤੀ ਚੋਣਾਂ ਵਿੱਚ ਵੱਡੇ ਪੱਧਰ ਤੇ ਧਾਂਦਲੀਆਂ ਕਰਦੇ ਹੋਏ ਸਰਪੰਚਾਂ ਤੇ ਪੰਚਾਂ ਦੇ ਕਾਗਜ਼ ਬਿਨਾਂ ਕਾਰਨ ਰੱਦ ਕੀਤੇ ਗਏ। ਇਸ ਗੱਲ ਦਾ ਪ੍ਰਗਟਾਵਾ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਸਾਬਕਾ ਵਿਧਾਇਕ ਦੀਦਾਰ ਸਿੰਘ ਭੱਟੀ ਨੇ ਸਰਹੰਦ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਜਿਹੜੇ ਆਗੂਆਂ ਤੇ ਵਰਕਰਾਂ ਦੇ ਕਾਗਜ਼ ਰੱਦ ਕੀਤੇ ਗਏ ਹਨ, ਉਹ ਚਾਹੇ ਜਿਹੜੀ ਵੀ ਪਾਰਟੀ ਨਾਲ ਸੰਬੰਧਿਤ ਹੋਣ, ਉਸ ਲਈ ਭਾਰਤੀ ਜਨਤਾ ਪਾਰਟੀ ਜਿੱਥੇ ਪ੍ਰਸ਼ਾਸਨ ਅਤੇ ਸਰਕਾਰ ਨਾਲ ਲੜਾਈ ਲੜੇਗਾ, ਉੱਥੇ ਆਪ ਸਰਕਾਰ ਦੇ ਨੁਮਾਇੰਦਿਆਂ, ਆਗੂਆਂ ਤੇ ਜਿਹੜੇ ਵੀ ਮੁਲਾਜ਼ਮਾਂ ਨੇ ਕਾਗਜ਼ ਬਿਨਾਂ ਵਜ੍ਹਾ ਰੱਦ ਕੀਤੇ ਹਨ, ਉਹਨਾਂ ਦੇ ਖਿਲਾਫ਼ ਸਖ਼ਤ ਕਾਰਵਾਈ ਕਰੇਗਾ। ਸਾਰਾ ਜੱਗ ਜਾਣਦਾ ਕਿ ਬਹੁਤ ਵੱਡੇ ਝੂਠੇ ਵਾਅਦੇ, ਵੱਡੀਆਂ ਤਸੱਲੀਆਂ ਲੋਕਾਂ ਨੂੰ ਦੇ ਕੇ ਔਰ ਪੁਰਾਣੀਆਂ ਸਰਕਾਰਾਂ ਨੂੰ ਭੰਡ ਕੇ ਆਮ ਆਦਮੀ ਪਾਰਟੀ ਨੇ, ਅਰਵਿੰਦ ਕੇਜਰੀਵਾਲ ਨੇ, ਭਗਵੰਤ ਮਾਨ ਨੇ, ਇਹਨਾਂ ਲੋਕਾਂ ਨੇ ਪੰਜਾਬ ਸਰਕਾਰ ਬਣਾਈ ਸੀ। ਲੋਕਾਂ ਨੇ ਤਾਂ ਕੋਈ ਦੋਸ਼ ਨਹੀਂ, 92 MLA ਜਿੱਤ ਕੇ ਦਿੱਤੇ ਔਰ ਉਦੋਂ ਬਾਅਦ ਜੋ ਵਾਅਦਾ ਵੀ ਕੀਤਾ ਸੀ ਇੱਕ ਪੌਣੀ ਨਹੀਂ ਕੱਤੀ ਗੱਲਾਂ ਤੋਂ ਬਿਨਾਂ। ਆ ਮੈਂ ਬੜਾ ਦੁੱਖ ਹੋਇਆ ਇਸ ਗੱਲ ਦਾ ਕਿ ਔਰ ਹੈਰਾਨੀ ਵੀ ਆ, ਇੱਕੋ ਇੱਕ ਚੀਜ਼ ਸੀ ਲੋਕਾਂ ਦੀ, ਉਹ ਲੋਕਾਂ ਨੇ ਖੇਡ ਲਿਖਦੀ ਖੇਡ ਸੀਗੀ। ਇਹ ਲੋਕਤੰਤਰ ਦਾ ਬੁਨਿਆਦ ਆ ਜਿਹੜੀ ਪੰਚਾਇਤੀ ਚੋਣਾਂ ਨੇ, ਔਰ ਇਹਦੇ ਵਿੱਚ ਵੀ ਐਡਾ ਵੱਡਾ ਧੱਕਾ ਜਿੱਤੇ ਤਾਂ ਖਰਚਾ ਹੀ ਕੋਈ ਨਹੀਂ ਲੱਗਦਾ, ਇਹਦੇ 'ਤੇ ਕੋਈ ਖਜ਼ਾਨਾ ਨਹੀਂ ਲੱਗਦਾ, ਕੋਈ ਬਹੁਤਾ ਹੋਰ ਪ੍ਰਬੰਧ ਕਰਨ ਦੀ ਲੋੜ ਨਹੀਂ ਹੈ। ਸਿਰਫ ਲੋਕਾਂ ਨਾਲ ਇਮਾਨਦਾਰੀ ਨਾਲ ਲੋਕਾਂ ਦੀਆਂ ਵੋਟਾਂ ਪਾਉਣੀਆਂ ਸੀ। ਇਹਦੇ ਵਿੱਚ ਵੀ ਐਡੀ ਵੱਡੀ ਧਾਂਦਲੀ ਮਚਾਈ ਆ ਸਾਰੇ ਪੰਜਾਬ 'ਚ, ਖਾਸ ਤੌਰ 'ਤੇ ਸਾਡੇ ਜ਼ਿਲ੍ਹੇ 'ਚ, ਔਰ ਹਰ ਇੱਕ ਬੰਦਾ ਤਰ੍ਹਾਂ ਤਰ੍ਹਾਂ ਕਰਦਾ, ਚੰਗੇ ਭਲੇ ਬੰਦਿਆਂ ਦੇ ਜਿਨ੍ਹਾਂ ਨੇ ਵਕੀਲਾਂ ਤੋਂ ਵਿਚਾਰਿਆਂ ਤੋਂ ਕਾਗਜ਼ ਭਰਾਏ, ਔਰ ਬੜੀ ਤਸੱਲੀ ਨਾਲ ਅਸੀਂ ਸਾਰਿਆਂ ਦੀ ਜ਼ਿੰਮੇਵਾਰੀ ਨਾਲ ਅਸੀਂ ਡਾਕੂਮੈਂਟੇਸ਼ਨ ਕਰਕੇ ਦਿੱਤੀ ਆ। ਔਰ ਉਦੋਂ ਬਾਅਦ ਛੋਟੇ ਛੋਟੇ ਐਲੀਗੇਸ਼ਨ ਕਿ ਆ ਕੋਈ ਰੈਂਪ ਬਣਾਇਆ ਹੋਇਆ ਜੀ, ਔਰ ਕਿਤੇ ਕੋਈ ਬਾਦਰਾ ਕੱਢਿਆ ਹੋਇਆ, ਸੋ ਇਹਨਾਂ ਗੱਲਾਂ ਨੂੰ ਕਿਸੇ ਨੇ ਕੋਈ ਦੋ ਕਮਲੇ ਰੱਖੇ ਨੇ ਆਪਣੇ ਪਾਣੀ ਪਾਉਣ ਨੂੰ, ਬੱਚੇ ਸ਼ਾਮ ਨੂੰ ਪਾਣੀ ਪਾ ਲੈਂਦੇ ਆ, ਕਿਸੇ ਨੇ ਕੋਈ ਬੇਲ ਲਾਈ ਆ ਜੀ, ਇਨਕਰੋਚਮੈਂਟ ਆ ਕਈ ਜਗ੍ਹਾ ਦੇ ਉੱਤੇ, ਤਾਂ ਕੰਪਲੇਂਟ ਦੇ ਕੰਪਲੇਂਟ 'ਤੇ ਦਸਖਤ ਹੀ ਹੈ ਜੀ, ਤਾਂ ਵੀ ਪੇਪਰ ਰਿਜੈਕਟ, ਔਰ ਜੇ ਚਾਰ ਭਰੇ ਨੇ ਚਾਰਾਂ ਦੀ ਰਿਜੈਕਟ, ਕਿਤੇ ਕਿਸੇ ਸੰਵਿਧਾਨ 'ਚ ਕਿਸੇ ਕਾਨੂੰਨ 'ਚ ਨਹੀਂ ਲਿਖਿਆ ਹੋਇਆ ਕਿ ਰੈਂਪ ਜਾਂ ਬਿਨਵੱਧ ਰਾਜ ਆ ਕੋਈ ਗੱਲ ਆ, ਔਰ ਇਹਦਾ ਕੋਈ ਦੋਸ਼ ਬਣਦਾ ਅਯੋਗਤਾ ਵਾਸਤੇ। ਔਰ ਮੋਰਓਵਰ ਜਿੰਨਾ ਚਿਰ ਕੋਈ ਅਦਾਲਤ ਕਿਸੇ ਨੂੰ ਸਾਬਤ ਨਹੀਂ ਕਰ ਦਿੰਦੀ ਕਿ ਫਲਾਨਾ ਬੰਦਾ ਫਲਾਨੀ ਸਰਕਾਰੀ ਚੀਜ਼ 'ਤੇ ਉਹ ਕਾਬਜ਼ ਹੈ, ਉਨਾ ਚਿਰ ਉਹਦੀ ਅਯੋਗਤਾ ਬਣਦੀ ਨਹੀਂ ਜੀ। ਇਸ ਲਈ ਬਹੁਤ ਵੱਡੀ ਇਹ ਇੰਨੀ ਵੱਡੀ ਧਾਂਦਲੀ ਆ, ਲੋਕਾਂ ਦਾ ਹੱਕ ਛੀਨਿਆ ਗਿਆ, ਇਦੋਂ ਵੱਡਾ ਸ਼ਰਮਸਾਰ ਕੰਮ ਨਾ ਕਦੇ ਹੋਇਆ ਨਾ ਹੋਣਾ। ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ TV, ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈੱਲ ਆਈਕਨ 'ਤੇ ਕਲਿੱਕ ਕਰੋ।